ਸਰਪੰਚ ਹੀ ਐਸੀ ਰਿਜ਼ਰਵ ਕਰਨ ਤੇ ਭਖੇ ਪਿੰਡ ਵਾਸੀ। ਪਿੰਡ 'ਚ ਸਿਰਫ ਇੱਕ ਹੀ ਐਸੀ ਮਹਿਲਾ ਵੋਟਰ। ਪਿੰਡ ਵਾਸੀਆਂ ਨੇ ਸਰਪੰਚੀ ਜਨਰਲ ਕਰਨ ਦੀ ਕੀਤੀ ਮੰਗ। ਲੌਂਗੋਵਾਲ ਦੇ ਪਿੰਡ ਸਤੀਪੁਰਾ ਦੀ ਸਰਪੰਚੀ ਐਸੀ ਲੇਡੀ ਰਿਜ਼ਰਵ ਕਰਨ ਤੇ ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਪਾਲ ਮੱਦੀ ਚਹਿਲ ਨੇ ਪ੍ਰਸ਼ਾਸਨ ਦੀ ਕਰੜੀ ਆਲੋਚਨਾ ਕਰਦਿਆਂ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਬਲਾਕ ਸੰਗਰੂਰ ਦੇ ਪਿੰਡ ਸਤੀਪੁਰਾ ਦੀ ਸਰਪੰਚੀ ਨੂੰ ਪ੍ਰਸ਼ਾਸਨ ਨੇ ਮਹਿਜ ਇੱਕ ਹੀ ਵੋਟ ਹੋਣ ਦੇ ਬਾਵਜੂਦ ਅਨੁਸੂਚਿਤ ਜਾਤੀ ਔਰਤ ਲਈ ਰਿਜ਼ਰਵ ਕਰਨ ਦਾ ਐਲਾਨ ਕੀਤਾ ਹੈ। ਪਿੰਡ ਸਤੀਪੁਰਾ ਵਿਖੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਇੱਕ ਹੀ ਘਰ ਦੀਆਂ ਮਹਿਜ ਦੋ ਹੀ ਵੋਟਾਂ ਮੌਜੂਦ ਨੇ ਅਤੇ ਅਨੁਸੂਚਿਤ ਜਾਤੀ ਔਰਤ ਦੀ ਇੱਕ ਹੀ ਵੋਟ ਮੌਜੂਦ ਹੈ। ਜਾਣਕਾਰੀ ਅਨੁਸਾਰ ਪਿੰਡ ਦੀਆਂ ਕੁੱਲ 523 ਵੋਟਾਂ ਨੇ ਔਕਤ ਵੋਟਾਂ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਵੋਟਾਂ ਜਨਰਲ ਬਰਾਦਰੀ ਨਾਲ ਸੰਬੰਧਿਤ ਨੇ। ਇਸ ਲਈ ਪਿੰਡ ਵਾਸੀ ਸਰਪੰਚ ਜਨਰਲ ਕਰਾਉਣਾ ਚਾਹੁੰਦੇ ਨੇ। ਮੈਂ ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਕੋਠੀ ਸਤੀਪੁਰਾ, ਅਤੇ ਸਾਡੇ ਚਾਰ ਪਲੈਨ ਤੋਂ ਅਸੀਂ ਲਗਾਤਾਰ ਜਿੱਤਦੇ ਆ ਰਹੇ ਹਾਂ ਅਤੇ ਇਹਨਾਂ ਨੇ ਵਿਰੋਧੀ ਕਰਕੇ ਸਾਡਾ ਪਿੰਡ ਰਿਜ਼ਰਵ ਕਰਵਾ ਤਾ। ਵੈਸੇ ਵੋਟ ਹੈ, ਇਸ਼ੂ ਦੀ ਵੋਟ ਹੈ ਨਹੀਂ, ਸਾਡੀ ਪੰਚਾਇਤ 'ਚ ਇੱਕ ਵੀ ਵੋਟ ਨਹੀਂ ਹੈਗੀ। ਆ ਲਿਸਟ ਦੇ ਮੁਤਾਬਕ ਅੱਜ ਤੱਕ ਇੱਕ ਵੀ ਵੋਟ ਨਹੀਂ ਸਾਨੂੰ ਮਿਲੀ ਇਹਦੇ ਵਿੱਚ। ਹੁਣ ਡੀ ਸੀ ਸਾਹਿਬ ਨੂੰ, ਈ ਡੀ ਸੀ ਸਾਹਿਬ ਨੂੰ ਅਤੇ ਬੀ ਡੀ ਓ ਸਾਹਿਬ ਨੂੰ ਮਿਲਦੇ ਹਾਂ ਅਸੀਂ। ਹੁਣ ਸਰੂਰ ਜਾ ਕੇ ਪਤਾ ਕਰਦੇ ਹਾਂ ਕੀ ਬਣਦਾ, ਫਿਰ ਨਹੀਂ ਅਸੀਂ ਹਾਈਕੋਰਟ ਜਾਵਾਂਗੇ ਸਾਫ ਖਾਤਰ। ਇਹ ਇਸੇ ਵਾਸਤੇ ਇਹਨਾਂ ਨੇ ਲਾਸਟ ਮੂਮੈਂਟ 'ਤੇ ਕੀਤਾ, ਲੋਕਾਂ ਨੂੰ ਮੌਕਾ ਹੀ ਨਹੀਂ ਦਿੱਤਾ ਤਾਂ ਕਿ ਕੋਈ ਓਬਜੈਕਸ਼ਨ ਕਰ ਸਕੇ। ਜਿੱਥੋਂ ਤੱਕ ਗੱਲ ਕਰੀਏ, ਹੁਣ ਜਿੱਥੇ ਆਪਾਂ ਖੜ੍ਹੇ ਹਾਂ, ਇਹ ਸਤੀਪੁਰ ਪੰਚਾਇਤ ਹੈ ਲੌਂਗੋਵਾਲ ਦੀ, ਔਰ ਇੱਥੇ ਜਿਹੜੀ ਮੇਰੇ ਕੋਲ ਵੋਟਰ ਲਿਸਟ ਹੈ ਇਹ ਠੀਕ ਹੈ, ਇਹ ਜਨਵਰੀ 2024 ਦੀ ਹੈ। ਹੋ ਸਕਦਾ ਇਸ ਤੋਂ ਬਾਅਦ ਵੀ ਕੋਈ ਵੋਟਰ ਲਿਸਟ ਆਈ ਹੋਵੇ, ਜਿਹੜੀ ਹਜੇ ਵੋਟਰਾਂ ਨੂੰ ਕੈਂਡੀਡੇਟਾਂ ਨੂੰ ਮਿਲੀ ਨਹੀਂ। ਉਹ ਸ਼ਾਇਦ ਪਤਾ ਨਹੀਂ ਇਹਨਾਂ ਨੇ ਆਪਦੇ ਨੋਟਿਸ ਬੋਰਡ 'ਤੇ ਵੀ ਬੀ ਡੀ ਓ ਦਫ਼ਤਰ ਨੇ ਲਾਈ ਹੈ ਕਿ ਨਹੀਂ ਲਾਈ ਹੈ, ਉਹ ਅਸੀਂ ਪਤਾ ਕਰਦੇ ਹਾਂ। ਇਸ ਮੁਤਾਬਕ ਜੋ ਮੈਨੂੰ ਪਿੰਡ ਵਾਲਿਆਂ ਨੇ ਦੱਸਿਆ, ਸਾਡੇ ਸੁਖਵਿੰਦਰ ਸਿੰਘ ਚਹਿਲ ਜੋ ਸਾਬਕਾ ਸਰਪੰਚ ਆ, ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਪੰਚਾਇਤ ਹੈ ਇਹ ਐਸੀ ਲੇਡੀ ਰਿਜ਼ਰਵ ਕੀਤੀ ਹੈ, ਹਾਲਾਂਕਿ ਇਸ ਵੋਟਰ ਲਿਸਟ ਦੇ ਵਿੱਚ ਐਸੀ ਇੱਕ ਵੀ ਪਰਿਵਾਰ ਨਹੀਂ ਹੈ, ਕੋਈ ਲੇਡੀ ਨਹੀਂ ਹੈ। ਜੇ ਵਾਕਈ ਇਹ ਗੱਲ ਸਹੀ ਹੈ ਤਾਂ ਕਿੱਡੀ ਹਾਸੋਹੀਨ ਹੈ। ਪੰਚਾਇਤ ਤੁਸੀਂ ਇਲੈਕਸ਼ਨ ਰਿਜ਼ਰਵ ਕਰਤਾ ਐਸੀ ਲੇਡੀ ਲਈ, ਪਰ ਉੱਥੇ ਕੋਈ ਵੋਟਰ ਹੀ ਨਹੀਂ ਹੈ, ਇਹ ਕਿਵੇਂ ਡਿਪਾਰਟਮੈਂਟ ਕੰਮ ਕਰ ਰਿਹਾ? ਉੱਥੋਂ ਬਿਲਕੁਲ ਪਤਾ ਲੱਗਦਾ। ਲੌਂਗੋਵਾਲ ਤੋਂ ਪੱਤਰਕਾਰ ਭਗਵੰਤ ਸ਼ਰਮਾ ਦੀ ਰਿਪੋਰਟ।